हां जी बच्चों नमस्कार ਤੁਹਾਨੂੰ ਜਿਵੇਂ ਪਤਾ ਕਿ ਅਸੀਂ ਬੱਚੋ ਦੋ ਅਸਾਈਨਮੈਂਟ ਕਰ ਚੁੱਕੇ ਹੁਣ ਤੁਹਾਨੂੰ ਕੱਲ ਠੀਕ ਹੈ 27 ਤਰੀਕ ਨੂੰ ਥਰਡ ਅਸਾਈਨਮੈਂਟ ਆ ਰਹੀ ਹੈ ਉਹ ਬੱਚੋ ਉਹ ਅਸਾਈਨਮੈਂਟ ਹੈ ਆਪਣੀ ਕੰਟੀਨਿਉਟੀ ਐਂਡ ਡਿਫਰੈਂਸ਼ੀਅਬਿਲਿਟੀ ਠੀਕ ਹੈ ਤੇ ਤੁ ਤੁਸੀਂ ਬੱਚੋ ਅੱਜ ਸਾਰਾ ਦਿਨ ਕੇਵਲ ਕੰਟੀਨਿਉਟੀ ਤੇ ਡਿਫਰੈਂਸ਼ੀਅਬਿਲਿਟੀ ਤਿਆਰ ਕਰੋ ਠੀਕ ਹੈ ਜੀ ਜਦੋਂ ਬੱਚੋ ਉਹ ਅਸਾਈਨਮੈਂਟ ਆਏਗੀ ਤੇ ਬੱਚੋ ਅਸੀਂ ਫਿਰ ਸ਼ਾਮ ਨੂੰ ਲਾਈਵ ਕਲਾਸ 'ਚ ਉਹ ਅਸਾਈਨਮੈਂਟ ਫਿਰ ਆਪਾਂ ਹੱਲ ਕਰ ਲਾਂਗੇ ਜੇ ਤੁਹਾਨੂੰ ਪ੍ਰੋਬਲਮ ਆਏਗੀ ਠੀਕ ਹੈ ਤੇ ਤੁਸੀਂ ਬੱਚੋ ਅੱਜ ਤੁਹਾਡਾ ਇਹੀ ਕੰਮ ਹੈ ਕਿ ਤੁਸੀਂ ਇਹ ਕੰਟੀਨਿਉਟੀ ਤੇ ਡਿਫਰੈਂਸ਼ੀਏਬਿਲਟੀ ਦੇ ਸਾਰੇ ਕੁਐਸਚਨ ਚਾਹੇ 1 ਮਾਰਕਸ ਦੇ ਆ 2 ਮਾਰਕਸ ਦੇ ਆ ਤੇ ਬੱਚੋ ਨਾਲੇ 4 ਮਾਰਕਸ ਦੇ ਆ ਉਹ ਚੰਗੀ ਤਰ੍ਹਾਂ ਤਿਆਰ ਕਰੋ ਤਾਂ ਕਿ ਤੁਹਾਨੂੰ ਅਸਾਈਨਮੈਂਟ ਵਿੱਚ ਕੋਈ ਦਿੱਕਤ ਨਾ ਆਵੇ ਥੈਂਕ ਯੂ ਸੋ ਮਚ ਬੱਚੋ ਕੋਸ਼ਿਸ਼ ਕਰਨ ਵਾਲੋਂ ਕੀ ਕبھی ਹਾਰ ਨਹੀਂ ਹੁੰਦੀ